ਸਤਿ ਸ਼੍ਰੀ ਅਕਾਲ ਜੀ, ਕਾਕਾ ਕਨੇਡਾ ਚੱਕੜਾ ਗਰੁੱਪ ਵੱਲੋਂ ਪ੍ਰੋਗਰਾਮ ਸ਼ੌਕ ਕਬੂਤਰਬਾਜ਼ੀ ਦਾ ਲੈ ਕੇ ਹਾਜ਼ਰ ਹੈ ਜੀ। ਅੱਜ ਪਿੰਡ ਪਹੁੰਚੇ ਹਾਂ ਜੀ, ਪੀਰਕੋਟ ਜ਼ਿਲ੍ਹਾ ਮਾਨਸਾ, ਅਤੇ ਮਿਲਾਉਣ ਜਾ ਰਹੇ ਹਾਂ ਜੀ ਤੁਹਾਨੂੰ ਪਿਰਤਪਾਲ ਪੀਰਕੋਟ ਜੀ। ਆਓ ਮਿਲਦੇ ਹਾਂ ਜੀ ਉਹਨਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਅੱਜ ਆਪ ਪਹੁੰਚੇ ਹਾਂ ਜੀ ਪੀਰਕੋਟ, ਅਤੇ ਨਾਲ ਆਪਣੇ ਬਾਈ ਜੀ ਬੈਠੇ ਨੇ ਪਿਰਤਪਾਲ ਸਿੰਘ ਪੀਰਕੋਟ ਤੋਂ ਜੀ। ਹਾਂਜੀ, ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਸ ਕੰਮ ਨੂੰ ਵਧੀਆ ਚਲਾ ਰਹੇ ਹੋ ਜੀ। ਕਿਉਂਕਿ ਅੱਜ ਮੌਕਾ ਮਿਲਿਆ ਸਾਨੂੰ ਇਹਨਾਂ ਨੂੰ ਮਿਲਣ ਦਾ, ਬਾਜੀ 'ਤੇ ਆਏ ਸੀ ਅਸੀਂ ਚੱਪੜ, ਸੋ ਸੋਚਿਆ ਬਾਈ ਜੀ ਕੋਲ ਜਾਂਦੇ ਹਾਂ, ਕੁਛ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੇ ਕਬੂਤਰਾਂ ਬਾਰੇ। ਬਹੁਤ ਵਧੀਆ ਸੁਭਾਅ ਹੈ, ਬਹੁਤ ਵਧੀਆ ਇਹਨਾਂ ਦਾ ਰੁਤਬਾ ਕਬੂਤਰਬਾਜ਼ੀ ਦੇ ਵਿੱਚ, ਜਿਹੜਾ ਮਾਨਸੇ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਇਹਨਾਂ ਦੇ ਜਿਹੜੇ ਕਬੂਤਰ ਹੈ ਸਾਡੇ ਕੋਲ ਹੋਣ। ਅੱਜ ਤੁਹਾਨੂੰ ਇਹਨਾਂ ਦੇ ਕਬੂਤਰ, ਡਿਸਟ੍ਰਿਕਟ ਬਠਿੰਡਾ ਪੈਂਦਾ ਜੀ, ਡਿਸਟ੍ਰਿਕਟ ਬਠਿੰਡਾ ਜੀ, ਪਹਿਲਾਂ ਮੈਂ ਮਾਨਸਾ ਕਹਿ ਬੈਠਾ ਸੀ ਕਿਉਂਕਿ ਮਾਨਸਾ ਦੇ ਆਪਾਂ ਬਿਲਕੁਲ ਕੋਲ ਆ ਗਏ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਤੁਹਾਡੀ ਜੀਵਨੀ ਬਾਰੇ ਜਾਣਨਾ ਚਾਹਵਾਂਗੇ ਜੀ, ਜਿਹੜਾ ਤੁਹਾਡਾ ਬਚਪਨ ਕਿੱਥੇ ਗੁਜ਼ਰਿਆ ਜੀ? ਆਪਣਾ ਇਸੇ ਪਿੰਡ 'ਚ, ਇਸੇ ਪਿੰਡ ਜੀ। ਅਤੇ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਕਿੱਥੇ ਕੀਤੀ ਜੀ ਤੁਸੀਂ? ਪੜ੍ਹਾਈ ਲਿਖਾਈ ਤਾਂ ਜੀ ਕੀਤੀ ਇੱਥੇ ਜੀ, ਜੀ ਕੁਛ ਸਾਡੇ ਨਾਮ 'ਤੇ ਕੋਠੀ ਨਹੀਂ ਪੜ੍ਹੇ ਜੀ ਜੀ। ਅਤੇ ਸਾਡੇ ਕੁਛ ਮੁਸ਼ਕਲਾਂ ਹੀ ਇਹੋ ਜਿਹੀਆਂ ਪ੍ਰੋਬਲਮਾਂ ਸੀਗੀਆਂ ਜੀ, ਜਿਹੜੇ ਮੈਂ ਪੜ੍ਹ ਨਹੀਂ ਸਕਿਆ ਪਹਿਲਾਂ ਜੀ। ਹਾਂਜੀ, ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਜੀ, ਛੋਟੇ ਹੁੰਦੇ ਨਹੀਂ, ਮੈਨੂੰ ਸੁਰਤ ਨਹੀਂ ਪਈ ਐਡੀ ਜੀ। ਅਤੇ ਸਾਡੇ ਫਿਰ ਉਹ ਕੋਈ ਘਰਾਂ 'ਚ ਹੁੰਦੇ ਹੀ ਆ ਜੀ, ਜ਼ਮੀਨਾਂ ਜ਼ਮੀਨਾਂ ਜ਼ਿਆਦਾ ਜੀ। ਫਿਰ ਉਹ ਸਾਡੇ ਜਿਹੜੇ ਮੰਮੀ ਸੀ ਉਹਨਾਂ ਨੇ ਸਾਨੂੰ ਨਹੀਂ ਜਾਣ ਦਿੱਤਾ ਬਾਹਰ ਜੀ। ਮੈਨੂੰ ਪੜ੍ਹਨ ਵੀ ਲਾਉਂਦੇ ਸੀ ਬਾਈ ਜੀ ਐਸ ਟੀ ਪਟਿਆਲੇ ਜੀ, ਅਤੇ ਨਹੀਂ ਪੜ੍ਹ ਨਹੀਂ ਸਕੇ ਜੀ। ਹਾਂਜੀ, ਉਸ ਤੋਂ ਬਾਅਦ ਜਿਹੜਾ ਖੇਤੀਬਾੜੀ ਕੀਤੀ ਜਾਂ ਤੁਸੀਂ ਕੋਈ ਹੋਰ ਕੀ ਕੰਮ? ਖੇਤੀਬਾੜੀ, 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 ਖੇਤੀਬਾੜੀ ਜੀ ਵੀ ਬਹੁਤ, ਸਾਡੇ ਮਾਸੀ ਜੀ ਦਾ ਬੇਟਾ ਵੀ ਸੀ ਜੀ, ਚਾਚਾ ਜੀ ਦਾ ਵੀ, ਅਸੀਂ ਸਾਡੂ ਵੀ ਸੀ ਜੀ। ਮੈਨੂੰ ਖੇਤੀਬਾੜੀ ਬਾਰੇ ਵੀ ਨਹੀਂ ਸੀ ਕੋਈ, ਮੈਂ ਕਿਵੇਂ ਲਾਡਲੀ ਹੋਈ ਸੀ ਜਿਵੇਂ ਕਹਿੰਦੇ ਜੀ, ਕਿਉਂਕਿ ਫਾਦਰ ਸਾਹਿਬ ਦੀ ਜਿਵੇਂ ਤੁਸੀਂ ਦੱਸਿਆ ਡੈਥ ਹੋ ਗਈ ਸੀ। ਹਾਂਜੀ ਹਾਂਜੀ, ਮਾਂ ਜਿਹੜੀ ਹੁੰਦੀ ਆ ਪੁੱਤ ਨੂੰ ਹੋਰ ਜ਼ਿਆਦਾ ਸੰਭਾਲ ਕੇ ਰੱਖਦੀ ਆ, ਪਿਆਰ ਕਰਦੀ ਆ। ਕਿੰਨੇ ਭੈਣ ਭਰਾ ਹੋ ਜੀ ਤੁਸੀਂ? ਸਾਡੇ ਫਾਦਰ ਸਾਹਿਬ ਦੇ ਵੀ ਚਾਰ ਵਿਆਹ ਸੀ ਜੀ, ਦੋ ਸਾਡੇ ਮੰਮੀਆਂ ਦੀ ਡੈਥ ਹੋ ਗਈ ਸੀ ਜੀ, ਇੱਕ ਮੇਰਾ ਭਰਾ ਹੈ ਜੀ ਜਗਜੀਤ ਸਿੰਘ, ਉਹਨਾਂ ਦੀ ਵੀ ਡੈਥ ਹੋ ਗਈ, ਉਹਨਾਂ ਦਾ ਬੇਟਾ ਜੀ ਸਰਪੰਚ ਯਾਦਵਿੰਦਰ ਸਿੰਘ ਜੀ ਜੀ। ਅਤੇ ਇੱਕ ਸਾਡੀ ਸਿਸਟਰ ਸੀ, ਉਹ ਵੀ ਅਸੀਂ ਸੀ ਜੀ ਤਰਨ ਤਾਰਨ ਜੀ, ਉਹ ਸਾਡਾ ਜਦੋਂ ਜ਼ਮੀਨ ਦਾ ਕੋਈ ਉੱਪਰਾ ਹੋ ਜਾਂਦਾ ਜੀ ਝਗੜਾ ਝੁਗੜਾ, ਜਾ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਜੀ। ਅਤੇ ਉਸ ਤੋਂ ਬਾਅਦ ਅਸੀਂ ਮੇਰੇ ਮੰਮੀ ਦੇ ਇੱਕ ਵੱਡਾ ਮੈਂ ਜੀ, ਛੋਟਾ ਮੇਰਾ ਭਰਾ ਹੈ ਅਮਰਜੀਤ ਸਿੰਘ ਵੀ ਕਹਿ ਰਹੇ ਜਸਵਿੰਦਰ ਜੀ, ਸ਼ਿੰਦਰ ਸਿੰਘ, ਇੱਕ ਸਾਡੀ ਸਿਸਟਰ ਹੈ ਸੰਦੂਰ ਦੇਵ ਜੀ ਜੀ, ਬਲਵਿੰਦਰ ਕੌਰ। ਜਿਹੜਾ ਇਹ ਸ਼ੌਕ ਤੁਹਾਨੂੰ ਲੱਗਿਆ ਕਬੂਤਰਾਂ ਦਾ, ਇਹ ਕਦੋਂ ਕਿੱਥੋਂ ਕਿਵੇਂ ਲੱਗਿਆ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਇਹਦੇ ਛੋਟੇ ਹੁੰਦੇ ਮੈਂ ਇੱਕ ਕਬੂਤਰ ਜਾ ਗਿਆ ਸੀ, ਉਹ ਰੱਖ ਲਿਆ ਜੀ, ਉਹ ਸਾਡੇ ਮੰਮੀ ਨੇ ਨਹੀਂ ਸਾਨੂੰ ਕਦੇ ਕੁਛ ਕਿਹਾ ਜੀ, ਉਹਨਾਂ ਨੇ ਵੀ ਸ਼ੌਂਕ ਨਾ ਕਹਿੰਦੇ ਵੀ ਕੋਈ ਨਹੀਂ ਚੱਲ ਬੱਚਾ ਜੀ। ਹਾਂਜੀ, ਵੀ ਸਾਡੇ ਪਹਿਲਾਂ ਤੋਂ ਵੀ ਸਾਡੇ ਬਜ਼ੁਰਗਾਂ ਨੂੰ ਵੀ, ਸਾਡੇ ਫਾਦਰ ਸਾਹਿਬ ਉਹਨਾਂ ਨੂੰ ਵੀ ਸ਼ੌਂਕ ਸੀਗਾ ਜੀ।
ਅਸੀਂ ਤਾਂ ਮੈਂ ਤਾਂ ਫਿਰ ਉਹਨਾਂ ਨੂੰ ਤੰਗ ਦੇਖਿਆ ਸਾਡੇ ਚਾਚਾ ਜੀ ਉਹਨਾਂ ਨੂੰ ਸੀਗੇ ਚਾਚਾ ਜੀ ਨੇ ਰੱਖੇ ਅਸੀਂ ਛੋਟੇ ਛੋਟੇ ਹੁੰਦਿਆਂ ਨੇ ਰੱਖਦੇ ਇੱਕ ਸੌ ਨੂੰ ਫਿਰ ਹੱਸਣ ਵਾਲੀ ਗੱਲ ਸੁਣਾਉਣਾ ਜੀ ਸਾਡੇ ਰੱਖੇ ਹੁੰਦੇ ਕਬੂਤਰ ਜੀ ਕਬੂਤਰ ਅੰਦਰ ਘਰ ਹੁੰਦਾ ਜੀ ਉੱਧਰੋਂ ਯਾਦਵਿੰਦਰ ਕੇ ਵੀ ਰੱਖੇ ਹੁੰਦੇ ਜੀ ਉੱਧਰੋਂ ਸਾਡੇ ਤਾਇਆ ਜੀ ਦੇ ਨੌਕਰ ਸੀਗੇ ਜੀ ਉਹਨਾਂ ਨੇ ਵੀ ਰੱਖੇ ਸੀ ਉਹ ਕਿਤੇ ਯਾਦਵਿੰਦਰ ਕੋਈ ਛੋਟਾ ਸੀ ਜੀ ਉਹਨੇ ਜੀ ਉਹਨਾਂ ਦਾ ਕਬੂਤਰ ਲੈ ਕੇ ਕੱਢ ਕੇ ਸਾਡੇ ਉਹ ਨੌਕਰਾਂ ਦਾ ਜੀ ਤਾਇਆ ਜੀ ਦਾ ਉਹ ਬੱਚੇ ਹੁੰਦੇ ਜੀ ਉਹਨਾਂ ਨੇ ਕਬੂਤਰ ਤਾਂ ਬੰਨਤਾ ਜੀ ਛਤਰੀ 'ਤੇ ਉਹ ਦੂਜੇ ਦਿਨ ਉੱਡ ਗਿਆ ਉਹ ਅਸੀਂ ਰਾਇ ਕਰ ਲਈ ਜੀ ਜਿਵੇਂ ਬੱਚੇ ਕਰ ਲੈਂਦੇ ਹਾਂਜੀ ਜਿਹੜੇ ਨੌਕਰ ਸੀ ਉਹ ਕਹਿੰਦੇ ਵੀ ਆਪਾਂ ਕਬੂਤਰ ਆਪਣਾ ਫੜਿਆ ਜਾਊ ਜੀ ਅਤੇ ਉਹ ਮੈਂ ਉਹਨਾਂ ਨੂੰ ਫੜਿਆ ਲਿਆ ਮੈਂ ਕਿਹਾ ਵੀ ਕੋਈ ਨਹੀਂ ਕਬੂਤਰ ਮੈਂ ਤੁਹਾਨੂੰ ਦੇਵਾਂਗਾ ਜੀ ਅਸੀਂ ਜੀ ਕਬੂਤਰ ਜਦੋਂ ਮੇਰੇ ਵਾਲੀ ਛਤਰੀ 'ਤੇ ਬੈਠਣ ਲੱਗਿਆ ਅਸੀਂ ਫੜ ਲਿਆ ਉਹ ਦੂਜੇ ਪਾਸੇ ਦੀ ਜਦੋਂ ਮੈਂ ਕਹਿੰਦੇ ਤਾਈ ਜੀ ਬਾਈ ਕਿੱਥੇ ਉਹ ਕਹਿੰਦੇ ਵੀ ਬਾਹਰ ਹੋਊ ਆ ਜਾਂਦਾ ਹਾਂਜੀ ਉਹਨਾਂ ਨੇ ਜੀ ਇੱਕ ਕਬੂਤਰ ਹੋਰ ਬੰਨਤਾ ਅਸੀਂ ਉਹ ਵੀ ਖੋਲਿਆ ਅੱਛਾ ਜੀ ਕਬੂਤਰ ਬੜਾ ਚੰਗਾ ਜੀ ਜੀ ਉਹ ਗੁੜ ਹੋਣੀ ਬਾਜ਼ੀਆਂ ਛੱਡ ਦਿੰਦੇ ਜੀ ਘਰੇ ਉਹ ਡੇਢ ਵਜੇ ਤੱਕ ਉੱਡਦਾ ਅਤੇ ਨੌ ਦਸ ਵਜੇ ਗਿਆਰਾਂ ਵਜੇ ਬਾਜ਼ੀਆਂ ਮੁੱਕ ਜਾਂਦੀਆਂ ਜੀ ਸਾਨੂੰ ਤਾਂ ਕੋਈ ਜਾਣ ਦਿੰਦਾ ਨਹੀਂ ਸੀ ਜੀ ਬਾਹਰ ਸਾਡੇ ਜਿਹੜਾ ਚੋਰਾਂ ਦਾ ਬੰਦਾ ਸੀਗਾ ਜੀ ਮੁਕਤਿਆਰ ਜੀ ਉਹਨੂੰ ਕਹਿ ਜੀ ਵੀ ਤੂੰ ਬਾਜ਼ੀ ਛੱਡਣਾ ਉਹ ਕਹਿੰਦਾ ਜੀ ਦੇਖ ਲਓ ਛੱਡ ਲੈਂਦੇ ਹਾਂ ਪਰ ਉਹ ਵੀ ਨਹੀਂ ਜਾਂਦਾ ਸੀਗਾ ਜੀ ਜੀ ਹੁਣ ਅਸੀਂ ਉਹਦੇ ਕਬੂਤਰ ਰੱਖੇ ਹੁੰਦੇ ਉਹਨਾਂ ਨੂੰ ਬਦਾਮ ਮੈਂ ਲੱਗਦੀ ਕਬੂਤਰ ਨੂੰ ਅਸੀਂ ਉਹਦੇ 20 ਕਿਲੋ ਬਦਾਮ ਦਾ ਚਾਰ ਕੇ ਹੋਣਗੇ ਉਹਨੇ ਬਾਜ਼ੀ 3-4 ਸਾਲਾਂ ਬਾਅਦ ਇੱਕ ਵਾਰੀ ਜੇ ਛੱਡਿਆ ਪਰ ਉਹ ਹਾਰ ਗਿਆ ਜੀ ਫਿਰ ਉਹ ਤੋਂ ਬਾਅਦ ਘਰ ਰੱਖ ਲਏ ਜੀ ਉਹ ਕਬੂਤਰ ਫਿਰ ਛੱਡਤੇ ਜੀ ਜਿਵੇਂ ਬੱਚਿਆਂ ਨੂੰ ਸ਼ੌਂਕ ਹੁੰਦਾ ਜੀ ਉਦੋਂ ਤਾਂ ਉਸ ਟਾਈਪ ਰੱਖੇ ਸੀਗੇ ਜੀ ਫਿਰ ਜੀ ਸਾਡੇ ਚਾਚਾ ਜੀ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਰੱਖੇ ਸੀਗੇ ਉਦੋਂ ਉਹਨਾਂ ਵਧੀਆ ਛੱਡ ਪਏ ਜੀ ਬਾਜ਼ੀਆਂ ਫਿਰ ਉਹਨਾਂ ਦੀ ਡੈਥ ਹੋ ਗਈ ਜੀ ਜਦੋਂ ਫਿਰ ਯਾਦਵਿੰਦਰ ਹੋਣੀ ਆ ਜਾਂਦੀ ਇਹ ਮੈਨੂੰ ਕਹਿੰਦੇ ਵੀ ਚੱਲ ਬਾਜ਼ੀ 'ਤੇ ਮੈਂ ਕਹਿੰਦਾ ਹੁੰਦਾ ਵੀ ਨਹੀਂ ਜਾਣਾ ਮੈਂ ਤਾਂ ਜਦ ਤੁਸੀਂ ਨਹੀਂ ਤਿਆਰ ਹੋ ਜਾ ਤਿਆਰ ਕਰਕੇ ਜੀ ਮੈਨੂੰ ਪੱਗ ਮੈਨੂੰ ਉੱਥੇ ਬੰਨਣ ਦਿੰਦੇ ਜੀ ਜੀ ਨਾ ਹਾਂਜੀ ਵੀ ਚੱਲ ਚੱਲ ਤੂੰ ਲੇਟ ਹੋ ਜਾਵੇ ਬਸ ਉਦੋਂ ਬਾਅਦ ਜੀ ਛੱਡਦੇ ਫਿਰ ਵੀ ਆਪਣੇ ਇੱਕ ਸਾਡੇ ਜਿਹੜਾ ਨਾਜੂ ਹੈ ਜੀ ਇਹਦੇ ਮਾਮੇ ਜੀ ਸਾਡੇ ਬਹੁਤ ਨੇੜੇ ਰਹੇ ਜੀ ਬੰਦੇ ਹੁਣ ਵੀ ਨੇੜੇ ਇਹਨਾਂ ਨੇ ਜੀ ਕਬੂਤਰ ਇਹਨਾਂ ਦੇ ਖੇਤ ਰੱਖੇ ਹੁੰਦੇ ਮੈਂ ਆਵਾਂ ਮਾਨਸਾ ਤੋਂ ਕਾਰ 'ਤੇ ਅਤੇ ਪੂਰੀ ਗਰਮੀ ਜੀ ਬਿਨਾਂ ਬਣਾਉਣ ਤੋਂ 1:30 ਵਜੇ ਤੱਕ ਹੋ ਜਾਂਦਾ ਮੈਂ ਉਦੋਂ ਬਾਅਦ ਆ ਗਿਆ ਜੀ ਬਾਜੀ 'ਤੇ ਦੇਖਣ ਇੱਥੇ ਵੱਲੋ ਜੀ ਉੱਥੇ ਮੋਹਨ ਸਿੰਘ ਜੀ ਹਾਕਮ ਇਹ ਕਹਿੰਦੇ ਵੀ ਤੁਸੀਂ ਤੁਹਾਡੇ ਪਿੰਡ ਬਾਜੀ ਛਡਾਓ ਮੈਂ ਕਿਹਾ ਜੀ ਬਾਜੀ ਤਾਂ ਮੈਂ ਛੁਡਾ ਦਿੰਦਾ ਮੈਂ ਸੇਵਾ ਪਾਣੀ ਪੂਰੀ ਕਰੂੰਗਾ ਪਰ ਬਾਜੀ ਦਾ ਫੈਸਲਾ ਨਹੀਂ ਆਪਾਂ ਦੂੰਗਾ ਕਹਿੰਦੇ ਬਸ ਇਹੀ ਕੰਮ ਆ ਤੁਹਾਨੂੰ ਹੋਰ ਕੋਈ ਲੋੜ ਸੀ ਫਿਰ ਅਸੀਂ ਆਪੇ ਕਰਾਂਗੇ ਮੈਂ ਕਿਹਾ ਜੀ ਚੰਗਾ ਬਾਜੀ ਇੱਥੇ ਜੀ ਫਿਰ ਮੈਂ ਛੜਾ ਸੰਨ ਦੇ ਵਿੱਚ ਜਿਹੜੀ ਬਾਜੀ ਤੁਸੀਂ ਇੱਥੇ ਕਰਾਈ ਸੀ ਸੰਨ ਤਾਂ ਅਤੇ ਜਿਹੜਾ ਤੁਸੀਂ ਕਬੂਤਰ ਫੜਿਆ ਸੀ ਹਾਂਜੀ ਹਾਂਜੀ ਉਸੇ ਦੀ ਅੱਜ ਜਿਹੜੀ ਬਰੀਡ ਤੁਹਾਡੇ ਨਹੀਂ ਚੱਲੀ ਆ ਰਹੀ ਉਹ ਇਹਨਾਂ ਨੇ ਦਿੱਤੇ ਸੀ ਉਹ ਇਹਨਾਂ ਨੇ ਹਾਂਜੀ ਉਦੋਂ ਬਾਅਦ ਇਹ ਨਾ ਜੀ ਜਿਹੜੇ ਕਬੂਤਰ ਰੱਖੇ ਆ ਇਹ ਕਬੂਤਰ ਰੱਖੇ ਸੀ ਜੀ ਇਹਨਾਂ ਨੇ ਨਾਜ ਉਹਨਾਂ ਜੀ ਖੇਤੋਂ ਪਿੰਡ ਇਹਨਾਂ ਨੇ ਪਾਗਲ ਲੈ ਲਏ ਜੀ ਖੇਤੋਂ ਘਰ ਲਿਆਂਦੇ ਇੱਥੇ ਜਦੋਂ ਬਾਜੀ ਛੱਡੀ ਸੀ ਇੱਕ ਸਿੰਗੋ ਵਾਲੇ ਲਾਭੇ ਉਹਨਾਂ ਦੀ ਕਬੂਤਰ ਲੈ ਗਈ ਜੀ ਇਹ ਕਿਤੇ ਛੋਟਾ ਜਿਹਾ ਹੁੰਦਾ ਉਹ ਗੁਰਲਾਜੀ ਕੀ ਟੈਂਕੀ ਤੋਂ ਕੀਮੀ ਕੀ ਤੋਂ ਇਹਨਾਂ ਦੇ ਘਰ ਉੱਤਰ ਗਈ ਇਹਨਾਂ ਨੇ ਲੁਕੋਤੀ ਜੀ ਮੈਨੂੰ ਤਾਂ ਨਹੀਂ ਸੀ ਪਤਾ ਜੀ ਕੋਈ ਤਾਂ ਉਹ ਹੁਣ ਲਾਭਾ ਦੱਸਦਾ ਹੁੰਦਾ ਕਹਿੰਦਾ ਇਹਨੇ ਵੀ ਦਿੱਤੀ ਨਾ ਉਹਦਾ ਇੱਕ ਬੱਚਾ ਨਿਕਲਿਆ ਜੀ ਜੀ ਉਹ ਬੱਚਾ ਕੱਢਿਆ ਜੀ ਅਸੀਂ ਕਬੂਤਰ ਇੱਕ ਇੱਥੇ ਜਦੋਂ ਬਾਜੀ ਛੜਾਈ ਤਾਂ ਮੋਹਨ ਸਿੰਘ ਦਾ ਰਹਿ ਗਿਆ ਸੀ ਜੀ ਇੱਕ ਜਸਵੀਰ ਦਾ ਜੀ ਜਸਵੀਰ ਦਾ ਤਾਂ ਬਾਅਦ 'ਚ ਮੋਹਨ ਸਿੰਘ ਦਾ ਰਹਿ ਗਿਆ ਜੀ ਜਦੋਂ ਉਹ ਅਸੀਂ ਉਹਦੇ ਨਾਲ ਮਿਲਾ ਕੇ ਬੱਚੇ ਕੱਢ ਲਏ ਜੀ ਬੱਚੇ ਉਹ 3 ਕਬੂਤਰ ਸੀ ਜੀ ਸਾਡੇ ਤਿੰਨਾਂ ਨਾਲ ਉਹ ਕਬੂਤਰੀ ਦੇ ਕਢਾਏ ਅਤੇ ਤਿੰਨਾਂ ਦੇ ਹੀ ਉਹ 13 ਬੱਚੇ ਸੀ 13 ਦੇ 13 ਹੀ ਨਿਕਲ ਗਏ ਬਹੁਤ ਵਧੀਆ ਹਾਂਜੀ ਨਹੀਂ ਜੀ ਨਿਕਲ ਗਏ ਨਿਕਲ ਗਏ ਉਹ ਉੱਡੇ ਨੇ ਫਿਰ ਅਸੀਂ ਹੌਲੀ ਹੌਲੀ ਬਣਾਏ ਜੀ ਬੱਚੇ ਜੀ ਫਿਰ ਅਸੀਂ ਜੀ ਜਦੋਂ ਉਹਨਾਂ ਜਦੋਂ ਰੱਖੇ ਰੱਖੇ ਜੀ ਇੱਥੇ ਬਾਗਲ 'ਚ ਉਹਨਾਂ ਇੱਕ ਬੱਚਾ ਸੀ ਜੀ ਉਹਨਾਂ ਕੋਲ ਛੋਟਾ ਜਿਹਾ ਉਹਦੇ ਮਾਮੇ ਨੇ ਕਿਸੇ ਨੂੰ ਘਰਾਂ 'ਚ ਦੇਤਾ ਜੀ ਆਪਦਾ ਜੀ ਉਹ ਕਿਤੇ ਉਹ ਕਹਿੰਦੀਆਂ ਵੀ ਭਾਈ ਬੁੜੀਆਂ ਮਾਰ ਦੇਣੀਆਂ ਤੂੰ ਇਹਨੂੰ ਲੈ ਜਾ ਉਹਨੇ ਜਾਂਦਾ ਜਾਂਦਾ ਛੱਡਤਾ ਉਹ ਦੂਜੇ ਤੀਜੇ ਦਿਨੋਂ ਫਿਰ ਆ ਗਏ ਜੀ ਉਹ ਜਦੋਂ ਦੂਜੇ ਦਿਨੋਂ ਆਇਆ ਜੀ ਤੀਜੇ ਦਿਨੋਂ ਉਹ ਬੱਚਾ ਜੀ ਹੌਲੀ ਹੌਲੀ ਉੱਡਣ ਲੱਗ ਗਿਆ ਸਾਨੂੰ ਸ਼ੌਂਕ ਹੋ ਗਿਆ ਅਸੀਂ ਬਦਾਮ ਜਾਣ ਲੱਗ ਗਏ ਉਹ ਇੱਧਰ ਅਮਰੀ ਡਾਉਂਦਾ ਹੁੰਦਾ ਜੀ ਯਾਦਵਿੰਦਰ ਕੇ ਕਬੂਤਰ ਜੀ ਅਸੀਂ ਉਹਨੂੰ ਛੱਡ ਦਿੰਦੇ ਉਹ ਕਬੂਤਰ ਉੱਡਦਾ ਇੱਧਰ ਜੀ ਸਾਰਾ ਦਿਨ ਜੀ ਉੱਡ ਕੇ ਜੀ ਫਿਰ ਉੱਧਰ ਜਾ ਵੜਦਾ ਇਹਨਾਂ ਨੂੰ ਕਬੂਤਰਾਂ ਨੂੰ ਬਹਾਰ ਦੇ ਵੜਦਾ ਇਹ ਕਹਿੰਦੇ ਵੀ ਇਹਨਾਂ ਦਾ ਤੂੰ ਵਾਰੀ ਵਾਰੀ ਡਾਉਂਦੇ ਆ ਜੀ ਕਹਿੰਦੇ ਵੀ ਤੁਸੀਂ ਕਿੱਥੇ ਛੱਡੋ ਬਾਬਾ ਜੀ ਅਸੀਂ ਆਖਿਆ ਵੀ ਜਿੱਥੇ ਲੋਟ ਲੱਗਿਆ ਅਸੀਂ ਛੱਡ ਦਾਂਗੇ ਜੀ ਇਹਨਾਂ ਨੇ ਜੀ ਗੁੰਮਟੀ ਛੱਡ ਅਸੀਂ ਹਾਕਮ ਵੱਲੋਂ ਨਾਲ ਲੈ ਗਏ ਜੀ ਕੁੱਪ ਕਰਾਂ
ਉੱਥੇ ਸੀ ਜੀ 90 ਕਬੂਤਰ, 90 ਕਬੂਤਰਾਂ 'ਚੋਂ ਜੀ ਇਕੱਲਾ ਰਹਿ ਗਿਆ। ਬਾਜੀ ਅਸੀਂ ਸਾਂਝੀ ਕਰ ਲਈ, ਸੌਂਦੋ ਉਦੋਂ ਤਾਂ ਐਂ ਹੁੰਦਾ ਜੀ ਵੀ ਬਾਜੀ ਜਿੱਤ ਲਈ, ਬਾਜੀ ਜਿੱਤ ਲਈ। ਉਹ ਇਨਾਮ ਵੀ ਹੋਰਾਂ ਨੂੰ ਦੇ ਤੇ ਜੀ, ਸਾਨੂੰ ਤਾਂ ਨਹੀਂ ਕੋਈ ਦਿੱਤਾ। ਅਤੇ ਅਸੀਂ ਬਾਹਰ ਭੱਜ ਗਏ ਜੀ, ਉੱਧਰ ਆ ਕੇ ਗਲਾ ਤੀ, ਕਬੂਤਰ ਡਿੱਗ ਪਿਆ ਜੀ, ਕਬੂਤਰ ਕਿਸੇ ਨੇ ਚੱਕਰ ਨਾ ਹੀ ਸਾਨੂੰ ਕਬੂਤਰ। ਫਿਰ ਇੱਕ ਕਬੂਤਰੀ ਸੀ ਜੀ ਛੱਡੀ ਰਾਜਗੜ੍ਹ ਦੂਜੀ ਬਾਜੀ, ਉੱਥੇ 103 ਕਬੂਤਰ ਸੀ ਜੀ, ਪਈਆਂ 'ਚ ਫਿਰ ਸਾਡੀ ਰਹਿ ਗਈ, ਜਿੱਥੋਂ ਸਾਨੂੰ ਸ਼ੌਂਕ ਪੈ ਗਿਆ, ਸ਼ੌਂਕ ਪਿਆ। ਤੁਰ ਕੇ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਆਪਾਂ। ਅਤੇ ਜਿਹੜਾ ਤੁਸੀਂ ਸ਼ੁਰੂਆਤੀ ਫਿਰ ਤੁਹਾਡੇ ਜਿਹੜੇ ਅੱਜ ਪ੍ਰੋਪਰ ਖੁੱਡੇ ਦੇ ਵਿੱਚ ਕਬੂਤਰ ਹੈ, ਉਹ ਕਿਹੜੀ ਨਸਲ ਦੇ ਕਬੂਤਰ ਹੈ ਤੁਹਾਡੇ ਕੋਲ ਜਿਹੜੇ ਹੁਣ ਤੁਹਾਡੇ ਖੁੱਡੇ ਦੇ ਵਿੱਚ ਕਬੂਤਰ ਹੈ? ਇੱਕ ਤਾਂ ਜੀ ਮੋਹਨ ਸਿੰਘ ਦੇ ਕਬੂਤਰ ਸੀ ਜੀ, ਮੋਹਨ ਸਿੰਘ। ਹਾਂਜੀ। ਅੱਛਾ ਜੀ, ਇੱਕ ਤਾਂ ਤੁਹਾਡੇ ਕੋਲ ਹੋ ਗਏ ਮੋਹਨ ਸਿੰਘ ਵਾਲੇ। ਹਾਂਜੀ, ਮੋਹਨ ਸਿੰਘ ਵਾਲੇ। ਅਤੇ ਹੋਰ ਤੁਹਾਡੇ ਕੋਲ? ਜਸਵੀਰ ਦਾ ਕਬੂਤਰ ਸੀ ਜੀ, ਜਸਵੀਰ ਵਾਲੇ ਵੀ ਕਬੂਤਰ ਆ ਜੀ। ਇੱਕ ਸੀ ਕਬੂਤਰ ਹੋਰ ਬਾਜੀ 'ਚ ਰਿਹਾ ਜੀ। ਅੱਛਾ ਜੀ। ਇੱਕ ਸੀ ਜੀ ਚੱਕਾਂ ਵਾਲਿਆਂ ਦਾ ਬਾਜੀ 'ਚ ਰਿਹਾ ਇੱਥੇ ਕਬੂਤਰ, ਚੱਕਾਂ ਤੋਂ, ਚੱਕਾਂ ਤੋਂ ਜੀ। ਇੱਕ ਡੀ ਸੀ ਤੋਂ ਬੱਚਾ ਲਿਆਂਦਾ ਜੀ, ਉਹ 4-5 ਕਬੂਤਰਾਂ ਦੀ ਨਸਲ ਹੈ, ਜਿਹੜਾ ਜਿੱਤ ਲੈਂਦਾ ਫਿਰ ਜਵਾਕਾਂ ਨੂੰ ਹੁੰਦਾ ਵੀ ਜਿੱਤ ਲੈਣ ਹੁੰਦਾ ਉਹ ਨਾ ਹੁਣ ਫਿਰ ਉਹਨਾਂ ਦੀ ਨਸਲ। ਅਸੀਂ ਜਿਹੜਾ ਸਾਡੇ ਬਾਜੀ 'ਚ ਰਿਹਾ ਸੀ ਕਬੂਤਰ ਇੱਕ ਚਿੱਟਾ, ਉਹ ਕਬੂਤਰ ਦੇ ਅਸੀਂ 5-6 ਬੱਚੇ ਕਰਾਉਂਦੇ ਜੀ, 5-6 ਜੀ। ਜਦੋਂ ਤੁਸੀਂ ਪ੍ਰੋਪਰ ਬਾਜੀਆਂ ਛੱਡੀਆਂ ਕਿੰਨੀ ਕੁ ਉਮਰ ਸੀ ਉਦੋਂ? ਉਹ ਐਦੂ ਜੀ ਮੈਨੂੰ ਲੱਗਦੀ ਵੀ ਹੋਵਾਂਗੇ ਜੀ 40 ਸਾਲ ਦੇ। 40 ਸਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਜਾਓ। ਕਿਹੜੇ ਸਨ ਦੇ ਵਿੱਚ ਤੁਸੀਂ ਮਤਲਬ ਜਿਹੜਾ ਪ੍ਰੋਪਰ ਬਾਜੀਆਂ ਦੇ ਵਿੱਚ ਤੁਹਾਡਾ ਜਿਹੜਾ ਨਾਮ ਕਾਫੀ ਸੁਣਿਆ ਗਿਆ, ਪਿਰਤਪਾਲ ਪੀਰਕੋਟ, ਕਦੋਂ ਕਿਹੜੀ ਬਾਜੀ 'ਚ ਨਾਮ ਬਣਿਆ ਤੁਹਾਡਾ, ਜਦੋਂ ਤੁਹਾਡੀ ਪਹਿਚਾਣ ਬਣ ਗਈ ਸੀ ਇੱਕ ਵੀ ਪਿਰਤਪਾਲ ਕੋਈ ਪੀਰਕੋਟ ਤੋਂ ਹੈ? ਬਸ ਜੀ ਮੇਰੇ ਸੰਨ ਤਾਂ ਨਹੀਂ ਸ਼ਾਇਦ ਚਾਰ ਸੌ ਮੈਂ ਦੱਸਾਂ ਜੀ, ਮੈਨੂੰ ਲੱਗਦੀ ਸੰਨ ਇਹ ਉਦੋਂ ਜਿਹੜੀ ਗੁਮਟੀ ਪੂਰੀ ਕਿਹਨਾਂ ਨੇ ਬਾਜੀ ਦਿੱਤੀ ਸੀ ਜੀ, ਇਹਨਾਂ ਨੇ ਇੱਥੇ ਛੱਡ ਲਿਆ ਸੀ ਅਤੇ ਅਸੀਂ ਸ਼ਾਇਦ ਉਦੋਂ ਉੱਥੇ ਛੱਡਿਆ ਸੀ ਜੀ। ਜੇ ਇਹਨਾਂ ਨੇ ਯਾਦਵਿੰਦਰ ਨਾਲ ਉੱਡਿਆ ਇਹਨਾਂ ਦਾ ਵੱਧ ਸੀਗਾ ਜੀ, ਜੇ ਯਾਦਵਿੰਦਰ ਨਾਲ ਜਦੋਂ ਇਹਨਾਂ ਨੇ ਸਾਂਝੀ ਕੀਤੀ ਉਹ ਬਾਜੀ ਉਦੋਂ ਸੰਨ 'ਚ ਹੈ, ਮੈਨੂੰ ਲੱਗਦਾ ਵੀ ਉਹੀ ਸੰਨ ਉਸ ਬਾਜੀ ਤੋਂ ਬਾਅਦ ਜਦੋਂ ਤੁਸੀਂ ਬਾਜੀ 'ਚ ਗਏ, ਆਪ ਗਏ ਹੋਵੋਗੇ ਕਿਸੇ ਬਾਜੀ 'ਚ, ਹਾਂਜੀ ਆਪ ਗਏ, ਉਸ ਤੋਂ ਬਾਅਦ ਕਿਸੇ ਨੇ ਕਿਹਾ ਕਿ ਯਾਰ ਆਹ ਦੇਖੋ ਆਹ ਉਹ ਮੁੰਡਾ ਕਿਰਤਪਾਲ ਜੀ ਦਾ ਕਬੂਤਰ ਉੱਡਿਆ ਸੀ, ਕੋਈ ਗੱਲ ਸੁਣਨ ਨੂੰ ਮਿਲੀ ਸੀ ਇਹੋ ਜੀ? ਐਂ ਹੈ ਜੀ, ਇਹ ਜਾਣਦੇ ਤਾਂ ਬੰਦੇ ਜੀ, ਪਹਿਲਾਂ ਤੁਸੀਂ ਪਹਿਲਾਂ ਵੀ ਮੈਂ ਬਾਜੀਆਂ 'ਤੇ ਜਾਂਦਾ ਹੁੰਦਾ ਸੀਗਾ ਜੀ, ਪਰ ਐਂ ਨਹੀਂ ਸੀ ਬੰਦੇ ਬੁੰਦੇ ਦੂਜੇ ਸਾਹਮਣੇ ਜੀ, ਅਸੀਂ ਨਾਲ ਜਾ ਵੜਦੇ, ਨਾਲ ਜਾ ਵੜਦੇ, ਹਾਂ ਤੁਹਾਨੂੰ ਪਤਾ ਸਾਰਾ ਸੀ। ਅਤੇ ਬਸ ਉਹ ਬਾਜੀ ਤੋਂ ਕੁੱਪ ਵਾਲੀ ਤੋਂ ਜੀ, ਫਿਰ ਰਾਜਗੜ੍ਹ ਵਾਲੀ ਤੋਂ ਜੀ, ਹਾਰੇ ਵੀ ਬਹੁਤ ਹੈ ਜੀ, ਜੀ ਇਹ ਨਹੀਂ ਵੀ ਕੋਈ ਜਿੱਤੇ ਹੈ, ਮੈਨੂੰ ਲੱਗਦੀ ਹੈ ਵੀ ਜੇ 10 ਕੁ ਜਿੱਤੀਆਂ ਹੋਣਗੀਆਂ ਤਾਂ ਅਸੀਂ 50 ਕੁ ਹਾਰੇ ਵੀ ਹੋਵਾਂਗੇ ਜੀ ਜੀ ਸੀਜ਼ਨ 'ਚ। ਚਲੋ ਹਰ ਕਿਸੇ ਨਾਲ ਹੁੰਦਾ, ਜਿੱਤ ਦੇ ਨਾਲ ਹਾਰ ਵੀ ਬਣੀ ਹੈ, ਹਾਰ ਦੇ ਨਾਲ ਜਿੱਤ। ਫਿਰ ਜੀ ਅਸੀਂ ਛੱਡੀ ਬਾਜੀ ਕਿਰਾਂ ਵੱਲੋਂ ਜਿੱਤਣ ਵਾਲੀ ਗੱਲ ਆ, ਹਾਰੇ ਵੀ ਹੋਵਾਂਗੇ ਜੀ ਜੀ, ਪਹਿਲਾਂ ਹਾਰੀਆਂ ਹੋਈਆਂ ਜੀ ਬਾਜੀਆਂ, ਵੱਲੋਂ ਜਿੱਤਿਆ ਜੀ ਸਾਡਾ, 2 ਅਸੀਂ ਛੱਡੇ, 2 ਸਾਡੇ ਰਹਿ ਗਏ। ਫਿਰ ਜਦੋਂ ਉਹ ਦੋਨਾਂ 'ਚ ਗਿੱਲ ਜਿਹੜਾ ਬਾਜੇ ਖਾਨੇ ਵਾਲਾ ਇਹ ਭੋਲੀ ਕੋਲੇ ਡਾਉਂਦਾ ਹੁੰਦਾ ਜੀ, ਉਦੋਂ ਫੋਨ ਘੱਟ ਹੁੰਦੇ ਸੀ ਜੀ, ਇਹਨੂੰ ਤਾੜ ਆ ਗਈ ਜੀ ਕਬੂਤਰ ਨੂੰ ਵੀ ਕਿਹਨਾਂ ਦਾ ਵੇਚੂਗਾ। ਭੋਲੀ ਨੇ ਫੋਨ ਕੀਤਾ ਜੀ ਆਪਣੇ ਵੱਲੋਂ ਤੋਂ ਬੰਦਾ ਜਾਣਦਾ ਵੀ ਬਾਈ ਕਿੱਥੇ ਹੈ, ਉਹ ਮੈਨੂੰ ਕਹਿੰਦਾ ਵੀ ਤੁਹਾਡੇ ਨਾਲ ਗੱਲ ਕਰਾਂ, ਮੈਂ ਕਿਹਾ ਗੱਲ ਕਰਾ ਦੇ, ਉਹਨੇ ਜੀ ਜਦੋਂ ਗੱਲ ਕਰਾਈ ਗਿੱਲ ਕਹਿੰਦਾ ਖੜ ਜਾਓ, ਗਿੱਲ ਨੂੰ ਤਾੜ ਸੀ, ਜਿਹੜਾ ਸਾਡਾ ਸ਼ਾਹ ਕਬੂਤਰ ਜੀ ਉਹ ਸਾਡੇ ਕੋਲੇ ਆ ਕੇ ਬਹਿ ਗਿਆ, ਫਿਰ ਸਾਡੇ ਦੋਨਾਂ ਕਰੇ ਜੀ। ਤੀਜੇ ਚੌਥੇ ਦਿਨ ਜੀ ਅਸੀਂ ਫਿਰ ਜਿਉਂਦੇ ਛੱਡੀਆਂ 2 ਕਬੂਤਰੀਆਂ, ਉੱਥੇ ਜੀ ਅਸੀਂ ਛੱਡੀਆਂ 2 ਸਾਡੀਆਂ, ਉਹਨੂੰ ਫਿਰਦੇ ਤਾਂ ਹੋਰ ਵੀ ਸੀ, ਇੱਕ ਜਿਹੜਾ ਅਮਰੀਕ ਉਹਨਾਂ ਦਾ ਕਾਕਾ ਲੜਕਾ ਸੀ ਜਿਹੜਾ, ਉਹ ਕਹਿੰਦਾ ਵੀ ਫਿਰ ਆਪਾਂ ਹਾਂਜੀ ਕਰ ਲਈਏ, ਮੈਂ ਕਰ ਲਓ, ਡੀ ਸੀ ਖੜ੍ਹਾ ਸੀ ਜੀ ਨਾਲ ਦੇਖਿਆ, ਅਸੀਂ ਡੀ ਸੀ ਨੂੰ ਮੈਂ ਕਿਹਾ ਵੀ ਤੁਸੀਂ ਕਹਿੰਦਾ ਕਰ ਲਓ, ਉਹ ਜਦੋਂ ਜੀ ਅਸੀਂ ਐਂ ਕਿਹਾ, ਡੀ ਸੀ ਕਹਿੰਦਾ ਤੁਸੀਂ ਤਾਂ ਮੇਰੇ ਜੇਬ 'ਚ ਪਾ ਦੇ, ਮੇਰੇ ਤਾਂ ਲੈ ਗਏ ਜੀ, ਮੈਂ ਕਿਹਾ ਵੀ ਠੀਕ ਹੈ ਕੋਈ, ਹੁਣ ਜਦੋਂ ਆਪਾਂ ਨੂੰ ਇਹ ਪੈਸਿਆਂ ਪਿੱਛੇ ਕੋਈ ਨਹੀਂ ਸੀ, ਕੋਈ ਇੰਨਾ ਜਾਣ ਦਾ ਬੰਦਾ ਨਾਂ ਵਾਲਾ ਬੰਦਾ, ਮੇਲ ਮਿਲਾਪ ਹੋਣਾ ਚਾਹੀਦਾ ਜੀ ਬੰਦੇ ਕੋਲ, ਹਾਂਜੀ ਹਾਂਜੀ। ਉੱਥੇ ਜਿੱਤੀ ਜੀ, ਫਿਰ ਅਸੀਂ ਚੀਰਕ ਜਿੱਤੀ ਜੀ, ਥੋੜ੍ਹੇ ਦਿਨਾਂ ਬਾਅਦ ਉੱਥੇ ਸਾਂਝੀ ਕਰ ਲਈ ਸੀ ਗੁੱਡੀ ਆਪਣੀ ਸੇਵਾ ਜੀ, ਫਿਰ ਅਸੀਂ ਜੀ ਕਿਲਾ ਰਾਏਪੁਰ, ਕਿਲਾ ਰਾਏਪੁਰ ਕਬੂਤਰ, ਉਹਦੇ ਅਸੀਂ ਕਾਰ 'ਤੇ ਜਾਂਦੇ ਹੁੰਦੇ, ਅਸੀਂ ਮਸਕੀ ਗਏ ਸੀ ਵੀ ਜੀਪ ਲੈ ਕੇ ਚੱਲੋ ਅਤੇ ਫਰਿੱਜ ਲੈ ਕੇ ਆਉਣਾ ਜੀ, ਫਿਰ ਅਸੀਂ ਜੀ ਕਿਲਾ ਰਾਏਪੁਰ ਗਏ, ਕਿਲਾ ਰਾਏਪੁਰ 65 ਕਬੂਤਰ ਸੀਗੇ ਜੀ, ਅਤੇ ਮੈਨੂੰ ਲੱਗਦੀ 1000 ਰੁਪਈਏ ਹੁੰਦਾ ਸੀਗਾ ਜੀ ਸ਼ਾਇਦ ਜੀ, ਕਹਿੰਦੇ ਵੀ ਆਪਾਂ ਬਾਜੀ ਕਿਵੇਂ ਕਰਨੀ, ਰਾਜੂ ਉਹਨਾਂ ਨਾਲ ਜੀ ਬਠਿੰਡੇ ਵਾਲਾ ਆਪਣੇ ਪੂਰੀ ਵਧੀਆ ਸੀ, ਕਿਹੜਾ ਸਾਡਾ ਕਬੂਤਰ ਰਹਿੰਦਾ ਸੀ, ਇਹਨਾਂ ਨੇ ਗਵਾਇਆ ਜੀ ਮਤਲਬ, ਇਹਨਾਂ ਦੀ ਟੈਲੀਵਿਜ਼ਨ ਜਿੱਤੀ ਸੀ ਕਬੂਤਰੀ, ਉਹ ਬਹਿੰਦੀ ਫਿਰੇ ਜੀ, ਮੈਂ ਆਖਿਆ ਵੀ ਰਾਜੂ ਤੁਹਾਡੀ ਬਹਿੰਦੀ ਫਿਰਦੀ ਹੈ ਅਤੇ ਦੱਸੋ,
ਅਸੀਂ ਸਾਂਝੀ ਕਰਾਂਗੇ ਤੁਹਾਡੇ ਨਾਲ ਜੀ। ਸਾਡਾ ਤਾਂ ਚੰਗਾ ਹੀ ਹੈ, ਇੱਕ ਸਾਡਾ ਬਹਿ ਗਿਆ ਸੀ ਜੀ ਧੱਤੋ ਸ਼ੈਟੀ ਜੀ। ਉਹ ਕਹਿੰਦੇ ਵੀ ਚੰਗਾ, ਉਹ ਕਹਿੰਦੇ ਜੀ ਵੀ ਲੀੜਾਂ ਵਾਲੇ ਵੀ ਤਾਰੇ ਹੋਣੇ ਇਹਨਾਂ ਦੇ ਜੀ। ਮੈਂ ਕਿਹਾ ਜਿੰਨੇ ਮਰਜ਼ੀ ਕਰ ਲਓ ਤੁਸੀਂ, ਅਸੀਂ 5-6 ਗਜੇ ਬੰਦਿਆਂ ਨੇ ਮੈਨੂੰ ਲੱਗਦੀ ਹੈ ਵੀ ਸਾਂਝੀ ਕਰ ਲਈ ਜੀ। ਉੱਥੇ ਜੀ ਕਬੂਤਰ ਸਾਡਾ ਬਹੁਤ ਵੱਡਾ, 3 ਕਬੂਤਰ ਰਹਿ ਗਏ ਜੀ। ਇੱਕ ਤਾਂ ਜੀ ਮੈਂ ਲੈ ਗਿਆ ਸ਼ਹਿਰ ਬਟਾਰੀ ਵਾਲੇ, ਇੱਕ ਫੜ ਗਿਆ। ਉਹ ਜਦੋਂ ਜੀ ਉੱਥੇ ਉਹ ਬਹਿੰਦੇ ਫਿਰਨ, ਇਹ ਕਹਿੰਦੇ ਵੀ ਤੁਸੀਂ ਬਾਜੀ ਫਰਿੱਜ 'ਤੇ ਸਾਂਝੀ ਸੂੰਝੀ ਕਰ ਲਓ। ਮੈਂ ਕਿਹਾ ਨਾ ਸਾਂਝੀ ਨਹੀਂ ਕਰਨੀ, ਚੱਲਣ ਦੇ। ਮੈਂ ਕਿਹਾ ਅਸੀਂ ਮਰ ਕੇ ਆਏ ਹਾਂ। ਉਹ ਜੀ ਨੇੜੇ ਫਿਰ ਗਿਆ, ਮੈਨੂੰ ਲੱਗਾ ਕਹਿੰਦਾ ਵੀ ਕੀ ਹੈ ਕੱਲਾ ਪੁੱਤਾ ਮਾਰਦੇ ਸੀ। ਸਾਡਾ ਜੀ ਉੱਥੋਂ ਜਾ ਰਹੇ ਸਟੇਡੀਅਮ ਪਰ ਧਰਮ, ਚਲੋ ਜੀ ਉਹ ਭਾਜੀ ਅਸੀਂ ਜਿੱਤ ਗਏ ਅਤੇ ਸਾਡਾ ਕਬੂਤਰ ਵੀ ਛਤਰੀ ਹੋ ਗਿਆ। ਜਦੋਂ ਜਿਹੜਾ ਹਾਰਿਆ ਸੀਗਾ ਉਹ ਵੀ ਆ ਕੇ ਨਾਲ ਛਤਰੀ ਕੇ, ਉਹ ਕਹਿੰਦੇ ਤੁਹਾਡੇ ਤਾਂ ਸਾਰੇ ਕਾਰਜ ਪੂਰੇ ਹੋ ਗਏ ਜੀ ਜੀ। ਆਹੋ ਆਪਾਂ ਗੱਲਾਂ ਬਾਤਾਂ ਵੀ ਜਾਰੀ ਰੱਖਦੇ ਹਾਂ ਅਤੇ ਇਹਨਾਂ ਦੇ ਕਬੂਤਰਾਂ ਜਿੱਦਰ ਰੱਖਿਆ ਸਾਹਮਣੇ ਨਾ ਆ ਜੀ। ਪਹਿਲਾਂ ਬਾਂਡਰੀ ਕਰ ਲਏ। ਅੱਛਾ ਪਹਿਲਾਂ ਅੰਦਰ ਦੇਖਦੇ ਇਹਨਾਂ ਦੇ ਕਬੂਤਰ ਆਪਾਂ। ਹੋਰ ਕੋਈ ਇਹੋ ਜਿਹੀ ਇਤਿਹਾਸਿਕ ਬਾਜੀ ਜਿਹਦੀ ਆਮ ਆਪਾਂ ਨੂੰ ਹੁੰਦਾ ਵੀ ਆਹ ਬਾਜੀ ਆਪਣੇ ਲਈ ਮੇਨ ਖਾਸ ਰਹੀ ਹੋਵੇ ਤੁਹਾਡੇ ਲਈ ਬਾਜੀ? ਇੰਨਾ ਤਾਂ ਜੀ ਹੁਣ ਫਿਰ ਬਾਜੀਆਂ ਤਾਂ ਛੱਡੀ ਗਏ ਜੀ, ਹੁਣ ਸਨ ਸੁਣਦਾ ਨਹੀਂ ਮੇਰੇ ਯਾਰ। ਨਹੀਂ ਸਨ ਨਹੀਂ, ਕੋਈ ਖਾਸ ਬਾਜੀ ਹੁੰਦੀ ਜਿਵੇਂ ਆਪਣੇ ਕੋਈ ਮਨ 'ਚ ਰਹਿ ਜਾਂਦੀ ਵੀ ਆਹ ਬਾਜੀ ਆਪਣੇ ਲਈ ਬਹੁਤ ਖਾਸ ਹੈ, ਜਿਵੇਂ ਤੁਹਾਡੀ ਕਿਲ੍ਹਾ ਰਾਏਪੁਰ ਦੀ ਗੱਲ ਸੁਣਾਈ ਹੈ। ਫਿਰ ਫਰਿੱਜ ਦਾ ਕੀ ਬਣਿਆ ਉਸਦਾ? ਫਰਿੱਜ ਫਿਰ ਫਰਿੱਜ ਲਿਆਂਦੀ ਜੀ ਤੁਸੀਂ? ਲਿਆਂਦੀ, ਜੀਪ ਲੈ ਕੇ ਗਏ ਸੀ ਜੀ ਅਸੀਂ, ਸਪੈਸ਼ਲ ਸਪੈਸ਼ਲ ਜੀਪ ਲੈ ਗਏ ਸੀ ਜੀ। ਉਵੇਂ ਨਾ ਜਿਵੇਂ ਤਾਂਹੀਓ ਤੁਹਾਨੂੰ ਪੁੱਛਿਆ ਵੀ ਖਾਸ ਬਾਜੀ ਰਹੀ ਤੁਹਾਡੀ ਕਿਲ੍ਹਾ ਰਾਏਪੁਰ। ਹਾਂਜੀ, ਮੁਬਾਰਕਾਂ ਤੁਹਾਨੂੰ ਦਿੰਦੇ ਹਾਂ ਉਸ ਫਰਿੱਜ ਦੀਆਂ। ਅਤੇ ਰਤਨਾ ਲਓ ਜੀ, ਇੱਧਰ ਇਹਨਾਂ ਦੇ ਹੈਗੇ ਆ ਜੀ ਆਪਣੇ ਬਾਈ ਜੀ ਸਿਰਤਪਾਲ ਪੀਰਕੋਟ ਜੀ ਦੇ ਫੁੱਟੇ, ਅਤੇ ਮੂਹਰੇ ਲਾਇਆ ਹੋਇਆ ਜੀ ਇਹਨਾਂ ਨੇ ਇੱਕ ਜਾਲ। ਆਮ ਦੇਖਿਆ ਗਿਆ ਕਿ ਇਕੱਲੀ ਜਾਲੀ ਲੱਗੀ ਹੁੰਦੀ ਹੈ, ਲੇਕਿਨ ਇਹਨਾਂ ਦੇ ਪਿੱਛੇ ਬਰੀਕ ਜਾਲੀ ਵੀ ਲੱਗੀ ਹੋਈ ਹੈ ਤਾਂ ਕਿ ਕੋਈ ਬਿੱਲੀ ਪੰਜਾ ਨਾ ਮਾਰ ਸਕੇ। ਅਤੇ ਇਹ ਮੁੰਡਾ ਦੇਖ ਰੇਖ ਕਰਦਾ ਜੀ ਕਬੂਤਰਾਂ ਦੀ? ਇਹੀ ਜੀ ਸਾਡੇ ਸਾਰੇ ਕਾਫੀ ਕਰ ਜੀ ਜੀ ਕਰਦੀ ਜੀ ਜੀ। ਅਤੇ ਕਿਵੇਂ ਕਹਿੰਦੇ ਹੁੰਦੇ ਵੀ ਜ਼ਮੀਨ ਦੇ ਠੇਕੇ ਠੁੱਕੇ ਵਾਲੇ ਬੰਦੇ ਹੋਏ, ਮੈਨੂੰ ਫੋਨ ਘੱਟ ਆਉਂਦੇ ਕਬੂਤਰਾਂ ਵਾਲਿਆਂ ਦੇ ਜੀ ਅਤੇ ਹੋਰ ਖੇਤੀਬਾੜੀ ਵਾਲਿਆਂ ਬੰਦਿਆਂ ਜੀ। ਮਤਲਬ ਮੇਨ ਨੰਬਰਦਾਰ ਇਹ ਹੈ ਮੁੰਡਾ ਨੰਬਰਦਾਰ ਜੀ ਜੀ। ਆਓ ਜੀ ਆਪਾਂ ਥੋੜ੍ਹਾ ਜਿਹਾ ਅੰਦਰ ਮਰਾਈਏ ਝਲਕ ਇਹਨਾਂ ਦੇ ਕਬੂਤਰਾਂ ਨੂੰ। ਕਾਫੀ ਜਿਹੜੇ ਆ ਕਬੂਤਰ ਇੱਕ ਇੱਕ ਕਰਕੇ ਦਿਖਾਓ ਜੀ। ਹਾਂਜੀ ਹਾਂਜੀ, ਵੱਡਾ ਕਬੂਤਰ ਲਓ ਜੀ। ਉਹਨਾਂ ਦਾ ਜਿਹੜਾ ਮੇਨ ਕਬੂਤਰ ਦੱਸ ਰਿਹਾ ਥੋੜ੍ਹਾ ਜਿਹਾ ਕਿਹੜੀ ਨਸਲ ਬਾਜੀ 'ਚ ਰਹਿ ਗਿਆ ਸੀ ਤੁਹਾਡੇ ਪਿੰਡ? ਹਾਂਜੀ ਜੀ, ਮਤਲਬ ਉਦੋਂ ਦੀ ਜਿਹੜੀ ਤੁਹਾਡੇ ਕੋਲ ਅੱਗੇ ਬਰੀਡ ਤੁਸੀਂ ਇਸ ਕਬੂਤਰ ਦਾ ਜੀ ਹਰੇਕ ਖੂਨ ਹੈ ਜਿਹਨੇ ਵੀ ਤੁਹਾਡੇ ਕੋਈ ਬੱਚਾ ਪੱਛੀ ਜ਼ਰੂਰ ਹੋਇਆ ਸੀ। ਕਿੰਨੇ ਸਾਲ ਹੋ ਗਏ ਤੁਹਾਡੇ ਕੋਲ? ਕਰੀਬ ਕਾਫੀ ਬੁੱਢਾ ਲੱਗਦਾ ਮੈਨੂੰ ਤਾਂ ਲੱਗਦਾ ਹੋਵੇ ਹੋਣਗੇ ਜੀ 20 ਸਾਲ ਜੀ। ਅੱਗੇ ਕਬੂਤਰ ਹੋਰ ਲੈ ਕੇ ਆਇਆ ਵੀਰ, ਇਹਦੇ ਬਾਰੇ ਜੀ? ਇਹ ਜੀ ਕਬੂਤਰ ਜੀ ਇੱਥੋਂ ਬੋਲ ਦਵਾ ਗਿਆ ਸੀ ਬਾਜੀ ਚੋਂ ਜੀ। ਅਤੇ ਤੁਸੀਂ ਉੱਥੋਂ ਫੜ ਲਿਆ? ਉੱਥੋਂ ਜੀ ਹਾਂਜੀ। ਬਹੁਤ ਖੂਬਸੂਰਤ ਅੱਖਾਂ ਜੀ ਇਸ ਕਬੂਤਰ ਦੀਆਂ ਵੀ ਕਾਫੀ ਲੱਗ ਰਿਹਾ ਜੀ ਜਿੱਦਾਂ। ਹਾਂਜੀ ਸਰ ਜੀ, ਬਸ ਇਹ ਆਂਡੇ ਘਰੋਂ ਉੱਡ ਗਏ ਜੀ ਬਹੁਤ। ਮੈਂ ਕਿਹਾ ਵੀ ਇਹ ਕਬੂਤਰ ਹੀ ਰੱਖਣੇ ਆ ਜੀ, ਜੇ ਮੈਂ ਛੱਡ ਵੀ ਦੇਊਂਗਾ ਤਾਂ ਮੈਂ ਇਹਨਾਂ ਨੂੰ ਮੰਗਣਾ ਇਹ ਕਬੂਤਰ ਜੀ। ਆਹ ਕਬੂਤਰ ਕਿਹੜਾ ਬਸ ਬੱਚਾ ਆਪਣੇ ਨਾਜੂ ਜੀ ਇਹ ਉਹਨਾਂ ਡੀਸੀ ਕੋਲ ਮੰਗਾ ਲਿਆ ਜੀ।
ਕਿਉਂਕਿ ਦੱਸਦੀ ਹੈ ਜੀ ਸ਼ਾਇਦ ਪ੍ਰੋਬਲਮ ਆਵੇ ਤੁਹਾਨੂੰ ਮਾੜੀ ਮੋਟੀ ਅੱਖਾਂ 'ਚ ਦੇਖ, ਜਿਹੜੀ ਮੂਵੀ ਅਸੀਂ ਫੋਨ ਰਾਹੀਂ ਬਣਾ ਰਹੇ ਹਾਂ, ਕੋਈ ਸਾਡਾ ਇਰਾਦਾ ਨਹੀਂ ਸੀ ਅੱਜ ਇੰਟਰਵਿਊ ਦਾ, ਪਰ ਬਾਈ ਜੀ ਨਾਲ ਕਿਰਪਾ ਮਾਲਕ ਦੀ ਅੱਜ ਮੁਲਾਕਾਤ ਹੋਈ ਤਾਂ ਅਸੀਂ ਸੋਚਿਆ ਵੀ ਇੰਟਰਵਿਊ ਰਾਹੀਂ ਜ਼ਰੂਰ ਪੈਕ ਕਰੀਏ ਜੀ। ਇਹ ਜਿਹੜਾ ਬੰਦੂ ਪਹਿਲਾਂ ਜਿੱਤਿਆ ਸੀ ਜੀ, ਉਹ ਬਾਰੀਆਂ ਚਾਰ ਘੰਟਾ ਜੀ, ਦੋ ਬਾਹਰ ਗਿਆ ਸੀ, ਜਿੱਤ ਗਿਆ ਸੀ ਸਰਦਾਰ ਮੋਹਨ ਸਿੰਘ ਬਾਦਲ ਦੇ ਜਿਹੜੀ ਨਸਲ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ ਜੀ, ਪ੍ਰਾਚੀਨ ਬੈਠਾ ਬਹਿੰਦਾ ਬਹਿੰਦਾ ਜੀ, ਇਹਨੇ ਜਿਹੜੇ ਟਿਕਟ ਲਿਆ ਹੈ ਜੀ, ਉਹਦਾ ਪੁੱਤਰ ਬਾਹਰ ਕਰਨਾ ਪੈਂਦਾ ਸੀ, ਇਹ ਕਰਦਾ ਸੀ, ਮੈਨੂੰ ਕਹਿੰਦੇ ਤੁਸੀਂ ਚੰਡੀਗੜ੍ਹ, ਮੈਂ ਆਖਿਆ ਵੀ ਇਹ ਖਿਡਿਆ ਇੱਥੇ ਉਹ ਵੱਡੇ ਜੱਜੇ ਦਾ ਪੱਠਾ ਜੀ ਜੀ, ਇੱਥੇ ਇਹਦੀ ਮੈਦਾ ਪਾ ਕੇ ਬਾਜੀ ਤੇ ਇਹਦੇ ਕੌਵੀ ਜੀ ਤੇਰਾ ਮੈਦਾ ਪਾਉਂਦਾ ਆਪਣੇ ਨਾਲ ਆ ਕੇ ਖਤਰੀਆਂ ਲਾਣੀਆਂ, ਇਹਨਾਂ ਨੂੰ ਕਹਿੰਦਾ ਜੀ ਫੋਨ ਕਰੋ, ਕਬੂਤਰ ਆਪਣੇ ਨੂੰ ਫੜੀ ਜਾਂਦੇ ਆ, ਉਹ ਕਹਿੰਦੇ ਨਹੀਂ ਆ ਇਸ ਵੇਲੇ ਕਿੱਥੋਂ, ਇਹਦੀ 7 ਤੋਂ 7 ਉੱਡ ਦਾ ਸੀ ਤੇ ਬਾਜੀ ਜ਼ਰੂਰ ਹਾਰ ਗਿਆ ਜੀ ਇਹ 4:45 ਵਜੇ ਜੀ, ਕਬੂਤਰ ਜਸਵੀਰ ਵਾਲਾ ਖੜਾ ਉਹ ਕਿੱਥੇ ਆ ਵੇ, ਕਬੂਤਰ ਆਪਣੇ ਮੇਨ ਵੱਡੇ ਆ ਜੀ, ਵੱਡੇ ਨਾਲ ਇਹ ਵੱਡੇ ਜੀ, ਵਿੱਚ ਪੱਠੇ ਵੀ ਹੈ ਜੀ, ਵੱਡੇ ਬੱਚਿਆਂ ਵਾਲੇ ਜੀ ਸਾਰੇ, ਵਿੱਚ ਪੱਠੇ ਵੀ ਹੈਗੇ ਜੀ ਛੋਟੇ ਜੀ, ਕਬੂਤਰ ਕਿੱਥੇ ਆ, ਬਾਹਰ ਨਿਕਲ ਗਿਆ ਸੀ ਆਹ ਗੁਜਰੀ ਮੂਵੀ ਬਣਾ ਦੇ ਇੱਥੋਂ ਬਣਾ ਦੇ ਕੁਛ, ਉਹ ਬੈਠੇ ਉੱਪਰ ਲਓ ਜੀ ਅੱਖਾ ਦੇਖੋ ਕਬੂਤਰ ਬਾਈ ਜੀ ਯਾਦ ਦਿੰਦੇ ਜੀ, ਕਬੂਤਰ ਕੋਈ ਉਹਦਾ ਸੀਗਾ ਕਾਲਾ ਕਬੂਤਰ ਥੋੜ੍ਹਾ ਜੂਮ ਕਰਵਾ ਪੱਠਾ ਚੱਲਣ ਦਾ ਜੀ, ਇਹ ਸਰਦਾਰ ਜਸਵੀਰ ਸਿੰਘ ਬਾਦਲ ਦਾ ਜੀ, ਹਾਂਜੀ ਕੀ ਖਾਸੀਅਤ ਹੈ ਇਸ ਕਬੂਤਰ ਦੀ, ਇਹਦੇ ਬੱਚੇ ਚੰਗੇ ਉੱਡਦੇ ਸੀ, ਬੱਚੇ ਬਹੁਤ ਵਧੀਆ, ਹਾਂਜੀ ਚੰਗੇ, ਇਹ ਤੁਸੀਂ ਉਹਨਾਂ ਤੋਂ ਲੈ ਕੇ ਆਏ ਸੀ ਜਾਂ ਬਾਜੀ ਨੇ ਇੱਥੇ ਬਾਜੀ ਛੱਡਿਆ ਸੀ, ਇਹ ਵੀ ਬਾਜੀ 'ਚ, ਇਹ ਬਾਜੀ ਬੁਰਜ ਪਾ ਗਿਆ ਜੀ ਜੀ, ਬੁਰਜੋ ਇਹ ਬੰਨ ਵਾਲੇ ਹਾਕਮ ਕੇ ਉਹ ਲੈ ਰਹੇ ਸੀ ਜੀ, ਉਹਨਾਂ ਨੇ ਇੱਥੇ ਛੱਡਤਾ,
ਮੁੜ ਕੇ ਮੈਥੋਂ ਮੰਗਿਆ ਨਹੀਂ। ਇੱਕੋ ਵਾਰੀ ਪੁੱਛਿਆ, ਮੈਂ ਕਿਹਾ ਵੀ ਹੈਗਾ ਪੱਠਾ ਕਿ ਪੱਠੀ ਹੈ, ਜੇ ਪੱਠੀ ਕਹਿ ਦਿੰਦੇ ਤਾਂ ਮੈਂ ਪੱਠੀ ਕਹਿ ਦਿੰਦਾ ਸੀ, ਪਰ ਮੈਂ ਦੱਸਿਆ ਨਹੀਂ ਉਹਨਾਂ। ਮਤਲਬ ਜਿਹੜਾ ਖਜ਼ਾਨਾ ਤੁਹਾਡੇ ਆਪ ਦੀ ਆਪ ਆ ਕੇ ਡਿੱਗਿਆ ਜੀ। ਮੈਂ ਜੀ ਕਬੂਤਰ ਨਹੀਂ ਕੀਤਾ, ਰਿਕਾਰਡਿੰਗ ਨਾ ਕਰੀਏ ਪਹਿਲਾਂ ਜੱਗੀ ਹੋਣ ਵਾਲਾ ਵਿੱਚ ਮੂਵੀ ਤੂੰ ਇਕੱਲੇ ਇਕੱਲੇ ਕਬੂਤਰ ਬਾਹਰ ਆ ਗਈ। ਹਾਂਜੀ, ਇਹ ਨੇ ਅੰਬਾਈ ਜੀ ਪ੍ਰਿਤਪਾਲ ਦੇ ਵੱਡੇ ਜੋੜੇ ਅਤੇ ਜਿਹੜੇ ਹੁਣ ਆਪਾਂ ਬੁੱਢੇ ਦੀ ਮੂਵੀ ਬਣਾ ਰਹੇ ਹਾਂ। ਇਹ ਹੈ ਜੀ ਮਦੀਨਾ, ਮਦੀਨਾ ਜੀ ਇਹਨਾਂ ਦੀਆਂ, ਕਿਉਂਕਿ ਕਾਫੀ ਖੂਬਸੂਰਤ ਕਬੂਤਰ ਹੈ ਜੀ ਇਹਨਾਂ ਦੇ, ਜਿਹੜੇ ਬਹੁਤ ਵੱਡਾ ਜਿਹੜਾ ਨਾਂ ਰਿਹਾ ਜੀ ਬਾਜੀ ਪ੍ਰਿਤਪਾਲ ਦਾ ਕਬੂਤਰਬਾਜ਼ੀ ਦੇ ਵਿੱਚ, ਜਿਹਨਾਂ ਕੋਲ ਨਸਲ ਸਰਦਾਰ ਜਸਵੀਰ ਸਿੰਘ ਬਾਦਲ, ਸਰਦਾਰ ਮੋਹਨ ਸਿੰਘ ਬਾਦਲ ਬਾਈ ਜੀ ਡੀ ਸੀ ਬੇਗਾ ਲਹਿਰਾ ਤੋਂ, ਕਿਉਂਕਿ ਤਿੰਨੇ ਮਹਾਰਥੀ ਹੈ ਜੀ ਕਬੂਤਰਬਾਜ਼ੀ ਦੇ ਵਿੱਚ, ਅਤੇ ਉਹਨਾਂ ਦੀ ਜਿਹੜੀ ਨਸਲ ਇਹਨਾਂ ਨੇ ਬੜੀ ਸੰਭਾਲ ਕੇ ਰੱਖੀ ਹੋਈ ਆ। ਆਓ ਹੁਣ ਲੈ ਕੇ ਚੱਲਦੇ ਜੀ ਤੁਹਾਨੂੰ ਇਹਨਾਂ ਦੇ ਜਿਹੜੇ ਉੱਡਣ ਵਾਲੇ ਕਬੂਤਰ ਹੈ। ਲਓ ਜੀ, ਹੁਣ ਆਪਾਂ ਪਹਿਲਾਂ ਇਹਨਾਂ ਦੀਆਂ ਦੇਖੀਆਂ ਸੀ ਜੋੜੀਆਂ, ਅਤੇ ਹੁਣ ਆਪਾਂ ਪਹੁੰਚੇ ਜੀ ਇਹਨਾਂ ਦੇ ਜਿੱਥੇ ਉੱਡਣ ਵਾਲੇ ਕਬੂਤਰ ਰੱਖੇ ਆ। ਪਹਿਲਾਂ ਦਿਖਾਓ ਜੀ ਇਹਨਾਂ ਦੇ ਖੁੱਡੇ, ਅਤੇ ਫਿਰ ਆਪਾਂ ਸਟਾਰਟ ਕਰਦੇ ਦਿਖਾਓ ਜੀ ਇਹਨਾਂ ਦੇ ਜਿਹੜੇ ਕਬੂਤਰ ਉੱਡਣ ਵਾਲੇ ਦਿਖਾਉਣੇ ਜੀ ਤੁਹਾਨੂੰ ਇਹਨਾਂ ਦੇ ਜਿਹੜੇ ਕਬੂਤਰ ਹੈ ਜੀ। ਪਹਿਲਾਂ ਤਾਂ ਦੋ ਆ ਬੈਠੇ ਆ ਜੀ ਕਬੂਤਰ ਇਹਨਾਂ ਦੇ, ਫਿਰ ਦਿਖਾਉਣੇ ਜੀ ਤੁਹਾਨੂੰ ਇਹਨਾਂ ਦੇ ਦੂਜੇ ਕਬੂਤਰ। ਇਹ ਸਾਰੇ ਐਤਕੀ ਦੇ ਪੱਠੇ ਆ ਜੀ? ਹਾਂਜੀ ਪੱਠੇ। ਕੋਈ ਬਾਜੀ ਵੀ ਛੱਡਿਆ? ਨਹੀਂ, ਇਹ ਤਾਂ ਅਸਲ ਸਿੱਧੇ ਕੀਤੇ ਵਾਲੇ ਤੁਸੀਂ? ਠੀਕ ਹੈ ਠੀਕ ਹੈ ਜੀ। ਇਹ ਵੀ ਉਹਨਾਂ ਕਬੂਤਰਾਂ ਦੀ, ਜਸਵੀਰ ਸਿੰਘ ਮੋਹਨ ਸਿੰਘ ਤਿੰਨਾਂ ਚਾਰਾਂ ਕਬੂਤਰਾਂ ਦੀ ਜਿਹੜੀ ਹੈ ਨਸਲ ਹੈ ਜੀ। ਠੀਕ ਹੈ ਜੀ। ਕਿਉਂਕਿ ਥੋੜਾ ਜਿਹਾ ਅੱਖਾਂ ਅੱਜ ਜੂਮ ਨਹੀਂ ਕਰ ਸਕਦੇ ਜੀ, ਜਿਹੜੀ ਮੂਵੀ ਅਸੀਂ ਬਣਾ ਰਹੇ ਹਾਂ ਫੋਨ ਦੇ ਜ਼ਰੀਏ। ਥੋੜਾ ਚਾਨਣ ਛੱਡ ਦਿਓ ਜੀ ਸਾਈਡ ਤੇ ਹੋ ਜਾਓ। ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਦਿਖਾਉਣਾ ਜੀ ਤੁਹਾਨੂੰ ਖੁੱਡਾ ਨੰਬਰ ਤਿੰਨ। ਇਹ ਜਿਹੜਾ ਜੀਰਾ ਹੈ ਜੀ, ਜੀਰਾ ਇਹ ਕਿਹੜਿਆਂ ਚੋਂ ਹੈ ਜੀ? ਇਹ ਵੀ ਮੋਹਨ ਸਿੰਘ, ਮੋਹਨ ਸਿੰਘ ਵਾਲਿਆਂ ਚੋਂ। ਇਹ ਚੀਨੀ ਵੀ ਉਹਨਾਂ ਚੋਂ ਜੀ? ਇਹ ਸਨ ਇਹਨਾਂ ਦੇ ਕਬੂਤਰ। ਹੋਰ ਕੋਈ ਨਵਾਂ ਜਿਹੜੇ ਆਪਣੇ ਖਿਡਾਰੀ ਹੈ ਜੀ ਉਹਨਾਂ ਦੇ ਲਈ ਕੋਈ ਸੰਦੇਸ਼ ਦੇਣਾ ਚਾਹੋ ਨਵੇਂ ਖਿਡਾਰੀ ਜਿਹੜੇ ਆਪਾਂ? ਸੰਦੇਸ਼ ਤਾਂ ਇਹੀ ਹੈ ਜੀ ਵੀ ਰੋਵਾ ਨਾ ਹੋਵੇ ਜੀ, ਹਾਰ ਮੰਨ ਹਾਰ ਮੰਨ ਜੀ, ਜਿਹੜਾ ਕੁਛ ਕਮੇਟੀ ਫੈਸਲਾ ਕਰਦੀ ਹੈ ਜੀ ਉਹਨੂੰ ਮੰਨੋ, ਰੋਵਾ ਨਾ। ਕਿਉਂਕਿ ਤੁਹਾਡੇ ਪਿੰਡ ਬਾਰੇ ਸੁਣਿਆ ਗਿਆ ਜਿਹੜਾ ਰੂਲ ਅੱਜ ਕੱਲ੍ਹ ਬਣਾਇਆ 7 ਵਜੇ ਤੋਂ ਬਾਅਦ ਕਬੂਤਰ ਨਹੀਂ ਛਡਾਉਣਾ, ਜਦੋਂ ਮੈਂ 1997-98 'ਚ ਬਾਜ਼ੀਆਂ ਛੱਡਣ ਲੱਗਿਆ ਉਦੋਂ ਸੁਣਦੇ ਹੁੰਦੇ ਸੀ ਫਰੀਦਕੋਟ ਵਾਲੇ 7 ਵਜੇ ਗੇਟ ਬੰਦ ਕਰਦੇ। ਹਾਂਜੀ ਹਾਂਜੀ, ਉਹ ਸਾਡੇ ਆਪਣੇ ਜਾਤ ਦੇ ਉਹਨੇ ਚੀਜ਼ ਛਡਾਉਂਦੇ ਹੁੰਦੇ, ਕਹਿੰਦੇ ਸੀ ਵੀ ਕੋਈ ਚਾਹੇ ਲਿਹਾਜ਼ ਵਾਲਾ ਆ ਗਿਆ ਰਹਿ ਗਿਆ 7 ਵਜੇ ਉਹ ਗੇਟ ਬੰਦ ਕਰ ਦਿੰਦੇ। ਹਾਂਜੀ, ਕਿਉਂਕਿ
ਜਿਹੜਾ ਪੁਰਾਣਾ ਰੂਲ ਇੱਥੋਂ ਨਿਕਲਿਆ ਹੋਇਆ ਜੀ ਪੀਰਕੋਟ ਤੋਂ, ਬਹੁਤ ਵਧੀਆ ਬਾਜ਼ੀਆਂ ਇੱਥੇ ਇਸ ਪਿੰਡ ਹੁੰਦੀਆਂ ਰਹੀਆਂ। ਪਹਿਲਾਂ ਸਾਡੇ ਚਾਚਾ ਜੀ ਨੇ ਕਰਾਈ ਸੀ ਜੀ, ਉਹਨਾਂ ਨੇ ਕਰਾਈ ਸੀ ਜੀ, ਉਦੋਂ ਸੋਨੇ ਦੀਆਂ ਠੱਲਾਂ ਰੱਖੀਆਂ ਸੀ ਜੀ, ਉਦੋਂ ਬਾਜ਼ੀ ਹੋਈ ਸੀ ਜੀ ਦੁਸਰ ਦੀ ਜੀ, ਉਹ ਜੀ ਨਿਸ਼ਾਨ ਸਾਹਿਬ ਨੂੰ ਚੁੰਬੜ ਕੇ ਨਿਕਲ ਗਿਆ ਬਾਹਰ 4 ਵਜੇ। ਚਲੋ ਉਹਨੇ ਟਾਈਮ ਕਰਤਾ ਜੀ, ਦੂਜੇ ਦਿਨ ਜੀ ਛੱਡਤਾ ਉਹ ਫਿਰ ਬਸ, ਫਿਰ ਜੀ ਇਕੱਲੇ ਨੇ ਬਾਜੀ ਜਿੱਤੀ ਉਹਨੇ 3 ਸਾਲ। ਉਹ ਸਾਡੇ ਜੀ ਕਿਹੋ ਜਿਹਾ ਕਬੂਤਰ ਹੁੰਦਾ ਲੰਡਾ ਕਰਕੇ ਕਹਿੰਦੇ ਨੇ ਵੀ ਆ ਗਿਆ ਲੰਡਿਆ, ਆ ਗਿਆ ਲੰਡਿਆ। 3 ਸਾਲ ਬਾਜੀਆਂ ਜਿੱਤੀਆਂ ਜੀ ਉਹਨਾਂ ਨੇ ਜੀ। ਉਹ ਵੀ ਬਹੁਤ ਚੰਗਾ ਬੰਦਾ ਸੀ ਜੀ, ਸਾਡੇ ਚਾਚਾ ਜੀ ਸੀਗੇ ਬਰਦਾਸ ਸਿੰਘ, ਇਹ ਬਾਜੀ ਛੁਡਾਉਂਦੇ ਹੁੰਦੇ ਸੀ। ਅਸੀਂ ਤਾਂ ਬਾਅਦ 'ਚ ਛੁਡਾਉਣ ਲੱਗਿਆ, ਬਾਜ਼ੀਆਂ ਤਾਂ ਮੈਂ ਸਾਰਿਆਂ 'ਤੇ ਜਾਂਦਾ ਰਿਹਾ, ਪਰ ਊਂ ਜਿਵੇਂ ਆਹ ਕਹਿੰਦੇ ਜੀ ਫਲਾਨਾ, ਮੈਂ ਇੰਨਾ ਕਿਤੇ ਗੁੱਡਿਆਂ 'ਚ ਕਿਸੇ ਦੇ ਵੜਿਆ ਨਹੀਂ, ਅਤੇ ਨਾ ਹੀ ਮੈਂ ਕਿਸੇ ਤੋਂ ਕਬੂਤਰ ਲੈਂਦੇ। ਸਿਰਫ ਕਬੂਤਰ ਦਿੱਤੇ ਵੀ ਹੈ ਜੀ ਆਲਮਗੀਰ ਵਾਲੇ ਭਲਵਾਨ ਤੋਂ, ਦੇਸੀ ਤੋਂ, ਉਹਨਾਂ ਤੋਂ 2 ਕਬੂਤਰੀਆਂ ਕਿਰਾਂ ਲਿਆਉਂਦੀਆਂ। ਗੁਰੂ ਧਾਰਿਆ ਤੁਸੀਂ ਕਿ ਆਪਦਾ ਆਪ ਹੀ? ਦੇਖੋ ਜੀ, ਗੁਰੂ ਤਾਂ ਹੈਗਾ ਜੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ, ਜੇ ਕੋਈ ਮੰਨੇ ਮੰਨੇ ਗੁਰੂ ਨੇ ਜੀ ਧਾਰਿਆ। ਵੀ ਜਿਵੇਂ ਆਹ ਹੁਣ ਇੰਨੇ ਕਬੂਤਰ ਰੱਖੇ ਸੀ ਚਾਚਾ ਜੀ ਨੇ ਰੱਖੇ, ਉਹਨਾਂ ਕੋਲ ਖਿਡਾਰੀ ਆਉਂਦੇ ਹੁੰਦੇ ਉੱਧਰ ਯਾਦਵਿੰਦਰ ਕੇ ਬੋਗਾ ਹੁੰਦਾ ਮੱਲਣ ਵਾਲਾ ਜੀ, ਉਦੋਂ ਵੀ ਮੈਂ ਬਾਜ਼ੀਆਂ 'ਤੇ ਨਾਲ ਆ ਜਾਂਦਾ। ਉਹ ਤਾਂ ਫਿਰ ਜਿਹੜਾ ਬੰਦਾ ਦਿਮਾਗ ਵਾਲਾ ਕਿਉਂਕਿ ਬਹੁਤ ਵਧੀਆ ਗੱਲ ਹੈ ਜੀ ਜਿਹੜੀ ਤੁਸੀਂ ਕਹੀ ਹੈ। ਸੋ ਰਾਜੂ ਚਾਹਵਾਂਗੇ ਜੀ, ਕਾਕਾ ਕੈਨੇਡਾ ਚੱਕੜਾ ਗਰੁੱਪ ਅੱਜ ਦੇ ਲਈ ਇੰਨਾ ਹੀ। ਬੜੀ ਖੁਸ਼ੀ ਹੋਈ ਹੈ ਸਾਨੂੰ ਬਾਈ ਜੀ ਪਿਰਤਪਾਲ ਪੀਰਕੋਟ ਨੂੰ ਮਿਲ ਕੇ, ਅਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ।